ਪੰਜਾਬ ਐਂਡ ਹਰਿਆਣਾ ਦਾ ਜਿਹੜਾ ਮਾਈਂਡਸੈਟ ਹੈ ਤਾਂ ਉਹ ਬੇਸਿਕਲੀ ਕੈਨੇਡਾ ਤੇ ਆਸਟ੍ਰੇਲੀਆ ਜਾਂ ਯੂਕੇ ਤੇ ਰੁਕਿਆ ਹੋਇਆ ਆਉਣ ਵਾਲਾ ਟ੍ਰੈਂਡ ਹੈ ਉਹ ਯੂਰਪ ਦਾ ਹੈ ਜੀ। ਡੈਨਮਾਰਕ ਅਗਰ ਲੈ ਕੇ ਚੱਲੀਏ ਦਿਸ ਇਜ਼ ਵਰਲਡ ਸੈਕਿੰਡ ਹੈਪੀਐਸਟ ਕੰਟਰੀ। ਡੈਨਮਾਰਕ ਦਾ ਸਕਸੈਸ ਰੇਟ ਬਹੁਤ ਅੱਛਾ ਐਜ਼ ਕੰਪੇਅਰ ਟੂ ਯੂਕੇ ਆਸਟ੍ਰੇਲੀਆ। ਮਲਟੀਪਲ ਅਗਰ ਤੁਹਾਡੇ ਰਿਫਿਊਜ਼ਲਸ ਹੋਣ ਕਿਸੇ ਵੀ ਕੰਟਰੀਜ਼ ਤੋਂ ਸਟਿਲ ਡੈਨਮਾਰਕ ਵੀ ਕੈਨ ਅਪਲਾਈ। ਚਾਰ ਚਾਰ ਪੰਜ ਪੰਜ ਰਿਫਿਊਜ਼ਲਸ ਵਾਲਿਆਂ ਦੇ ਵੀ ਅਸੀਂ ਡੈਨਮਾਰਕ ਦੇ ਵਿੱਚ ਹਸਬੈਂਡ ਵਾਈਫ ਬੱਚਿਆਂ ਦੇ ਰਿਫਿਊਜ਼ਲਸ ਲਗਵਾਏ ਨੇ ਸਕਸੈਸਫੁਲ। ਡੈਨਮਾਰਕ ਤੋਂ ਬੱਚੇ ਫਰਦਰ ਕੈਨੇਡਾ ਵੀ ਜਾ ਸਕਦੇ, ਆਸਟ੍ਰੇਲੀਆ ਜਾ ਸਕਦੇ, 26 ਦੇਸ਼ ਬਿਨਾਂ ਵੀਜ਼ਾ ਟਰੈਵਲ ਕਰ ਸਕਦੇ ਬਿਕੋਜ਼ ਇਟਸ ਅ ਸ਼ੈਂਗਨ ਕੰਟਰੀ। ਹੁਣ ਸਾਡੇ ਕੋਲ ਮਾਲਟਾ ਹੈ, ਪੋਲੈਂਡ ਹੈ, ਹੰਗਰੀ ਹੈ, ਲਾਤਵੀਆ, ਚਾਰ ਐਸੀਆਂ ਕੰਟਰੀਜ਼ ਹੈ ਜਿੱਥੇ ਵਿਦਾਊਟ ਆਈਲਟਸ ਤੁਸੀਂ ਜਾ ਸਕਦੇ ਹੋ ਮੀਡੀਅਮ ਆਫ ਇੰਸਟ੍ਰਕਸ਼ਨ ਦੇ ਬਿਹਾਫ ਤੇ। ਚੜ੍ਹਦੀ ਕਲਾ ਟਾਈਮ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਿਸ ਤਰ੍ਹਾਂ ਕਿ ਅੱਜ ਕੱਲ੍ਹ ਵਿਦੇਸ਼ ਜਾਣ ਦਾ ਟਰੈਂਡ ਵੱਧ ਰਿਹਾ ਹੈ ਅਤੇ ਕਿਸ ਤਰ੍ਹਾਂ ਦੇ ਅੱਜ ਕੱਲ੍ਹ ਦੇ ਟਰੈਂਡ ਨੇ ਅਤੇ ਹੋਰ ਕੀ ਓਪਰਚੁਨਿਟੀਜ਼ ਨੇ, ਇਹਦੇ ਲਈ ਅਸੀਂ ਵੀਜ਼ਾ ਐਕਸਪਰਟਸ ਦੇ ਨਾਲ ਗੱਲਬਾਤ ਕਰਦੇ ਹਾਂ ਤਾਂ ਕਿ ਦਰਸ਼ਕਾਂ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਜਾਂ ਜਿਨ੍ਹਾਂ ਦੇ ਉਹਨਾਂ ਦੇ ਮਨ ਵਿੱਚ ਸਵਾਲ ਨੇ ਇਸ ਚੀਜ਼ ਨੂੰ ਲੈ ਕੇ ਉਹਨਾਂ ਦਾ ਹੱਲ ਹੋ ਸਕੇ। ਅੱਜ ਅਸੀਂ ਜਗਰਾਓਂ ਪਹੁੰਚੇ ਹਾਂ ਵਿਨ ਯੂਅਰ ਇੰਗਲਿਸ਼ ਅਤੇ ਇਹਨਾਂ ਦੇ ਲਵਪ੍ਰੀਤ ਵਰਮਾ ਜੀ ਸਾਡੇ ਨਾਲ ਨੇ। ਖੁਦ ਵਿਦੇਸ਼ ਤੋਂ ਇਹਨਾਂ ਨੇ ਪੜ੍ਹਾਈ ਕੀਤੀ ਹੈ, 10 ਸਾਲ ਲੰਬਾ ਐਕਸਪੀਰੀਅੰਸ ਹੈ ਅਤੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਅੱਜ ਦੇ ਵੀਜ਼ਾ ਐਕਸਪਰਟਸ ਦੇ ਨਾਲ। ਸਭ ਤੋਂ ਪਹਿਲਾਂ ਰਵਪ੍ਰੀਤ ਜੀ ਬਹੁਤ ਬਹੁਤ ਸਵਾਗਤ ਹੈ ਚੜ੍ਹਦੀ ਕਲਾ ਟਾਈਮ। ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ, ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਧੰਨਵਾਦ ਚੜ੍ਹਦੀ ਕਲਾ ਟਾਈਮ ਟੀਵੀ ਦਾ ਜਿਹੜੇ ਆਏ ਆਪਣਾ ਸਮੇਂ ਕੱਢਿਆ ਜੀ। ਲਵਪ੍ਰੀਤ ਜੀ, ਜੇ ਅਸੀਂ ਅੱਜ ਗੱਲ ਕਰੀਏ ਵਿਦੇਸ਼ ਜਾਣ ਦੇ ਟਰੈਂਡ ਦੀ, ਸਟੱਡੀ ਵੀਜ਼ੇ 'ਤੇ ਬਹੁਤ ਸਾਰੇ ਲੋਕ ਬਾਹਰ ਜਾ ਰਹੇ ਨੇ, ਸੋ ਅੱਜ ਦਾ ਟਰੈਂਡ ਤੁਹਾਨੂੰ ਕੀ ਦਿਖਦਾ, ਕੀ ਲੱਗਦਾ ਤੁਹਾਨੂੰ ਅੱਜ ਦਾ ਟਰੈਂਡ ਹੈ ਕੀ? ਦੇਖੋ ਮੈਂ ਸਭ ਨੂੰ ਇਹੀ ਚੀਜ਼ ਦੱਸਦਾ ਹਾਂ ਕਿ ਯੂਕੇ, ਕੈਨੇਡਾ ਔਰ ਆਸਟ੍ਰੇਲੀਆ ਇਜ਼ ਆਲਰੇਡੀ ਫਲੱਡਡ ਵਿਦ ਦ ਸਟੂਡੈਂਟਸ। ਬਹੁਤ ਸਟੂਡੈਂਟਸ ਆਲਰੇਡੀ ਜਾ ਚੁੱਕੇ ਨੇ, ਇੱਥੇ ਰਿਸੋਰਸਿਸ ਵੀ ਘੱਟ ਰਹੇ ਨੇ, ਜੋਬਸ ਵੀ ਘੱਟ ਰਹੀਆਂ। ਜਿਹੜਾ ਆਉਣ ਵਾਲਾ ਟਰੈਂਡ ਹੈ ਉਹ ਯੂਰਪ ਦਾ ਹੈ ਜੀ। ਅਸੀਂ ਹੁਣ ਜਿਵੇਂ ਐਕਸਕਲੂਸਿਵਲੀ ਡੈਨਮਾਰਕ, ਫਿਨਲੈਂਡ, ਸਵੀਡਨ, ਪੋਲੈਂਡ, ਸਪੇਨ ਇਹਨਾਂ ਦੇ ਵਿੱਚ ਡੀਲ ਕਰ ਰਹੇ ਹਾਂ। ਇੱਥੇ ਇੱਕ ਤਾਂ ਡੈਨਮਾਰਕ ਅਗਰ ਲੈ ਕੇ ਚੱਲੀਏ ਦਿਸ ਇਜ਼ ਵਰਲਡ ਸੈਕਿੰਡ ਹੈਪੀਐਸਟ ਕੰਟਰੀ। ਡੈਨਮਾਰਕ ਸੈਕਿੰਡ ਹੈ ਜੀ, ਕੈਨੇਡਾ 14ਵੇਂ ਨੰਬਰ 'ਤੇ ਹੈ, ਯੂਕੇ 17ਵੇਂ ਨੰਬਰ 'ਤੇ ਹੈ, ਇੰਡੀਆ 136 'ਤੇ ਹੈ। ਲੋਕਾਂ ਨੂੰ ਪਤਾ ਹੀ ਨਹੀਂ ਹੈ, ਸਟੂਡੈਂਟਸ ਜਾਂ ਉਹਨਾਂ ਦੇ ਪੇਰੈਂਟਸ ਸਮਝਦੇ ਕਿ ਸਿਰਫ ਕੈਨੇਡਾ, ਯੂਕੇ, ਆਸਟ੍ਰੇਲੀਆ ਹੀ ਐਬਰੋਡ ਹੈ, ਬਲਕਿ ਡੈਨਮਾਰਕ ਦੇ ਵਿੱਚ ਅਗਰ ਤੁਸੀਂ ਦੇਖੋ ਐਵਰੇਜ ਮੰਥਲੀ ਇਨਕਮ ਅਗਰ ਗੂਗਲ ਕਰਦੇ ਹੋ ਤੁਸੀਂ, 4 ਤੋਂ 5 ਲੱਖ ਇੱਕ ਇੰਡੀਵਿਜੁਅਲ ਕਮਾ ਸਕਦਾ ਐਵਰੇਜ ਮੰਥਲੀ ਇੰਡੀਅਨ। ਸਾਲ ਦੇ ਵਿੱਚ 50 ਤੋਂ 60 ਲੱਖ ਇੱਕ ਜਣਾ ਕਮਾ ਸਕਦਾ। ਐਂਡ ਸੈਕਿੰਡ ਇੱਕ ਚੀਜ਼ ਆਪਾਂ ਦੇਖੀਏ ਕਿ ਹਸਬੈਂਡ, ਵਾਈਫ ਔਰ ਬੱਚੇ ਇਕੱਠੇ ਟਰੈਵਲ ਕਰ ਸਕਦੇ ਡੈਨਮਾਰਕ ਦੇ ਵਿੱਚ ਜੀ। ਐਂਡ ਡੈਨਮਾਰਕ ਤੋਂ ਇਲਾਵਾ ਹੋਰ ਬਹੁਤ ਕੰਟਰੀਜ਼ ਨੇ, ਸਪੇਨ ਕਰ ਰਹੇ ਹੈ, ਪੋਲੈਂਡ ਕਰ ਰਹੇ ਹੈ, ਮਾਲਟਾ ਆਪਣੇ ਕੋਲ ਹੈ, ਫਿਨਲੈਂਡ ਹੈ, ਸਵੀਡਨ ਹੈ। ਸੋ ਇਹ ਸਾਰੀਆਂ ਕੰਟਰੀਜ਼ ਦਾ ਹੀ ਟ੍ਰੈਂਡ ਆਉਣ ਵਾਲੇ ਟਾਈਮ ਦੇ ਵਿੱਚ ਜੀ। ਕ੍ਰਾਈਟੇਰੀਆ ਕੀ ਹੈਗਾ ਇਹਨਾਂ ਕੰਟਰੀਆਂ ਦੇ ਲਈ, ਜਦੋਂ ਬੱਚਾ ਆਉਂਦਾ ਹੈ ਤੁਸੀਂ ਕੀ ਸੁਜੈਸਟ ਕਰਦੇ ਹੋ, ਕਿਹੜਾ ਜਿਹੜਾ ਪੇਪਰ ਵਰਕ ਹੈ ਉਹ ਪੂਰਾ ਹੋਣਾ ਚਾਹੀਦਾ? ਦੇਖੋ ਅਗਰ ਆਪਾਂ ਡੈਨਮਾਰਕ ਦੀ ਗੱਲ ਕਰੀਏ, ਕੋਈ ਵੀ ਬੱਚਾ ਜਿਹਦੀ 12th ਕੀਤੀ ਹੋਈ ਹੈ, ਅਗਰ ਉਹਦਾ 12th ਦੇ ਵਿੱਚ ਮੈਥਮੈਟਿਕਸ ਹੈ, ਉਹ ਡੈਨਮਾਰਕ ਅਪਲਾਈ ਕਰ ਸਕਦਾ, ਗ੍ਰੈਜੂਏਸ਼ਨ ਵਾਲਾ ਕਰ ਸਕਦਾ, ਮਾਸਟਰ ਪ੍ਰੋਗਰਾਮ ਅਵੇਲੇਬਲ ਹੈ ਡੈਨਮਾਰਕ 'ਚ। ਐਕਸਕਲੂਸਿਵਲੀ ਸਾਡੇ ਕੋਲ 6 ਐਸੀਆਂ ਯੂਨੀਵਰਸਿਟੀਜ਼ ਹੈ ਜਿਹੜੀਆਂ ਪੰਜਾਬ ਦੇ ਵਿੱਚ ਸਾਡੇ ਕੋਲ ਹੀ ਹੈ, ਔਰ ਅਸੀਂ ਐਕਸਕਲੂਸਿਵਲੀ ਇਸ ਨੂੰ ਕਰ ਰਹੇ ਹਾਂ। ਸਭ ਤੋਂ ਵੱਡੀ ਗੱਲ ਇਹਦੇ ਵਿੱਚ ਤੁਹਾਨੂੰ ਕੋਈ ਸ਼ੋਅ ਮਨੀ ਨਹੀਂ ਦਿਖਾਉਣੀ ਪੈਣੀ। ਅਗਰ ਅਸੀਂ ਕੰਪੇਅਰ ਕਰੀਏ ਯੂਕੇ ਦੇ ਵਿੱਚ 15 ਤੋਂ 18 ਲੱਖ ਤੁਹਾਨੂੰ 28 ਦਿਨ ਦਿਖਾਉਣਾ ਪੈਂਦਾ, ਆਸਟ੍ਰੇਲੀਆ ਦੇ ਵਿੱਚ ਤੁਹਾਨੂੰ ਆਲਮੋਸਟ 3 ਤੋਂ 6 ਮਹੀਨੇ 30 ਤੋਂ 35 ਲੱਖ ਦਿਖਾਉਣਾ ਪੈਂਦਾ। ਕੈਨੇਡਾ ਦੇਖੀਏ ਤਾਂ 18 ਤੋਂ 20 ਲੱਖ ਖਰਚਾ। ਡੈਨਮਾਰਕ ਦੇ ਵਿੱਚ ਸਿਰਫ ਤੁਹਾਨੂੰ 0 ਫੰਡ ਦਿਖਾਉਣਾ ਪੈਣਾ, ਦੇਰ ਇਜ਼ ਨੋ ਫੰਡ ਰਿਕੁਆਇਰਮੈਂਟ। ਸਪਾਊਸ ਤੁਹਾਡੇ ਨਾਲ ਜਾਏਗਾ, ਬੱਚੇ ਤੁਹਾਡੇ ਨਾਲ ਜਾਣਗੇ, ਸੇਮ ਫਲਾਈਟ, ਸੇਮ ਡੇ ਦੇ ਕੈਨ ਟਰੈਵਲ। ਵਾਈਫ ਕੋਲੇ ਅਗਰ ਸਟੱਡੀ ਪਰਮਿਟ ਹੈ, ਸਪਾਊਸ ਕੋਲੇ ਓਪਨ ਵਰਕ ਪਰਮਿਟ ਹੋਏਗਾ, ਔਰ ਹੀ ਔਰ ਸ਼ੀ ਕੈਨ ਓਪਨ ਹਿਸ ਔਰ ਹਰ ਓਨ ਬਿਜ਼ਨਸ ਓਵਰ ਦੇਅਰ ਜੀ। ਆਹ ਦੇਖੋ ਮੈਂ ਤੁਹਾਨੂੰ ਦਿਖਾਵਾਂਗਾ ਓਪਨ ਵਰਕ ਪਰਮਿਟ ਸਪਾਊਸ ਦਾ। ਇਹਨਾਂ ਦੀ ਵਾਈਫ ਆਲਰੇਡੀ ਅੱਜ ਦੀ ਫਲਾਈਟ ਸੀ, ਇਹਨਾਂ ਨੇ ਹਫ਼ਤਾ ਬਾਅਦ ਜਾਣਾ, ਔਰ ਇਹਨਾਂ ਕੋਲ ਫੁੱਲ ਟਾਈਮ ਵਰਕ ਪਰਮਿਟ ਹੈ ਡੈਨਮਾਰਕ ਦਾ। ਅਗਰ ਬੱਚੇ ਹੁੰਦੇ ਇਹਨੇ ਨਾਲ ਤਾਂ ਬੱਚਿਆਂ ਦੀ ਐਜੂਕੇਸ਼ਨ ਫ੍ਰੀ ਹੈ, ਮੈਡੀਕਲ ਸਭ ਦਾ ਫ੍ਰੀ ਹੈ। ਸੋ ਦਿਸ ਇਜ਼ ਅ ਵੰਡਰਫੁਲ ਕੰਟਰੀ ਟੂ ਸੈਟਲ ਡਾਊਨ। ਸਪਾਊਸ ਵੀਜ਼ੇ ਨੂੰ ਲੈ ਕੇ ਕੀ ਕ੍ਰਾਈਟੇਰੀਆ ਹੈਗਾ? ਦੇਖੋ ਵੈਰੀ ਸਕਸੈਸ ਰੇਟ, ਜਿਹੜਾ ਡੈਨਮਾਰਕ ਦਾ ਸਕਸੈਸ ਰੇਟ ਹੈ ਬਹੁਤ ਅੱਛਾ ਐਜ਼ ਕੰਪੇਅਰ ਟੂ ਯੂਕੇ, ਆਸਟ੍ਰੇਲੀਆ। ਮਲਟੀਪਲ ਅਗਰ ਤੁਹਾਡੇ ਰਿਫਿਊਜ਼ਲਸ ਹੋਣ ਕਿਸੇ ਵੀ ਕੰਟਰੀਜ਼ ਤੋਂ, ਸਟਿਲ ਡੈਨਮਾਰਕ ਵੀ ਕੈਨ ਅਪਲਾਈ।
ਇਦਾਂ ਦੇ ਕੈਂਡੀਡੇਟ ਜਿਨ੍ਹਾਂ ਦੇ ਕੈਨੇਡਾ ਤੋਂ ਬੈਨ ਲੱਗਿਆ ਹੋਇਆ ਉਹ ਵੀ ਡੈਨਮਾਰਕ ਦੇ ਵਿੱਚ ਸਕਸੈਸਫੁਲੀ ਵੀਜ਼ਾ ਲੈ ਕੇ ਜਾ ਚੁੱਕੇ ਨੇ। ਚਾਰ ਚਾਰ ਪੰਜ ਪੰਜ ਰਿਫਿਊਜ਼ਲਸ ਵਾਲਿਆਂ ਦੇ ਵੀ ਅਸੀਂ ਡੈਨਮਾਰਕ ਦੇ ਵਿੱਚ ਹਸਬੈਂਡ ਵਾਈਫ ਬੱਚਿਆਂ ਦੇ ਰਿਫਿਊਜ਼ਲਸ ਲਗਵਾਏ ਨੇ ਸਕਸੈਸਫੁਲੀ। ਜੀ ਫਿਰ ਕਿਸ ਤਰ੍ਹਾਂ ਫਾਈਲ ਤਿਆਰ ਕਰਦੇ ਹੋ, ਕਿਉਂਕਿ ਰਿਫਿਊਜ਼ਲ ਤੋਂ ਬਾਅਦ ਬੰਦਾ ਕਾਫੀ ਚੀਜ਼ਾਂ ਦੇਖੀਆਂ ਜਾਂਦੀਆਂ, ਜਦੋਂ ਅੰਬੈਸੀ ਜਾਂਦਾ ਬੰਦਾ ਤਾਂ ਉਦੋਂ ਵੀ ਦੇਖਦੇ ਨੇ ਅੰਬੈਸੀ ਵਾਲੇ ਵੀ ਰਿਫਿਊਜ਼ਲਸ ਆਈਆਂ ਕਿਉਂ ਆਈਆਂ। ਸੋ ਕਿਸ ਤਰ੍ਹਾਂ ਤੁਸੀਂ ਫਾਈਲ ਤਿਆਰ ਕਰਦੇ ਹੋ ਕਿ ਮਲਟੀਪਲ ਰਿਫਿਊਜ਼ਲ ਨੂੰ ਵੀ ਤੁਸੀਂ ਵੀਜ਼ਾ? ਦੇਖੋ ਸਾਡੇ ਕੋਲ ਐਕਸਪਰਟ ਟੀਮ ਹੈ ਜਿਹੜੀ ਕਿ ਸਾਰੀ ਗੋ ਥਰੂ ਕਰਦੀ ਹੈ ਡਾਕੂਮੈਂਟ, ਸਾਰੀ ਇੱਕ ਡਿਟੇਲ ਦੇਖਿਆ ਜਾਂਦਾ ਸਾਡੀ। ਅਗਰ ਤੁਸੀਂ ਵੀ ਆ ਕੇ ਸਾਡੇ ਆਫਿਸ ਦੇਖੋ, ਆਮ ਨੋਰਮਲੀ ਕੀ ਹੁੰਦਾ, ਇੱਕ ਡੇਢ ਦੋ ਪੇਜਾਂ ਦੀ ਐਸ ਓ ਪੀ ਲਗਾ ਦਿੰਦੇ ਨੇ ਕੰਸਲਟੈਂਟ, ਸਾਡੀ ਛੇ ਛੇ ਸੱਤ ਸੱਤ ਪੇਜਾਂ ਦੀ ਐਸ ਓ ਪੀ ਹੁੰਦੀ ਹੈ। ਚੀਜ਼ ਮੈਂਸ਼ਨ ਕੀਤੀ ਜਾਂਦੀ ਆਫਿਸਰ ਨੂੰ ਕਿ ਕੀ ਸਨੈਰੀਓ ਸੀ, ਕੀ ਕੰਡੀਸ਼ਨ ਸੀਗੀਆਂ। ਸੋ ਆਈ ਪਰਸਨਲੀ ਓਵਰਲੁੱਕ ਆਲ ਦਾ ਫਾਈਲਸ। ਮੈਂ ਖੁਦ ਮਾਸਟਰਸ ਕੈਨੇਡਾ ਤੋਂ ਕੀਤੀ ਹੈ, ਮੇਰਾ ਆਲਮੋਸਟ 10 ਸਾਲ ਦਾ ਐਕਸਪੀਰੀਅੰਸ ਹੈ ਯੂਰਪ ਦਾ ਔਰ ਬਾਕੀ ਕੰਟਰੀਜ਼ ਦਾ। ਸਾਡੇ ਕੋਲ ਫਾਈਲਿੰਗ ਟੀਮ ਹੈ, ਬਟ ਮੇਰੀ ਜਿਹੜੀ ਹਰ ਚੀਜ਼ 'ਤੇ ਸੁਪਰਵਿਜ਼ਨ ਈਚ ਐਂਡ ਐਵਰੀ ਸਟੈਪ 'ਤੇ ਹੁੰਦੇ, ਤਾਂ ਉਹਦਾ ਰਿਜ਼ਲਟ ਸਾਨੂੰ ਬਹੁਤ ਅੱਛਾ ਮਿਲ ਰਿਹਾ ਜੀ। ਵਿਦ ਗੋਡਸ ਗ੍ਰੇਸ ਵੀ ਡੂ ਆਰ ਬੈਸਟ ਫੋਰ ਦਾ ਸਕਸੈਸ ਆਫ ਸਟੂਡੈਂਟਸ। ਸਟੂਡੈਂਟ ਇਸ ਤਰ੍ਹਾਂ ਦੇ ਵੀ ਆਉਂਦੇ ਨੇ ਕਿ ਜਿਹੜੇ ਕਹਿੰਦੇ ਨੇ ਵੀ ਆਪਾਂ ਕੈਨੇਡਾ ਜਾਂ ਆਸਟ੍ਰੇਲੀਆ ਹੀ ਜਾਣਾ ਜਾਂ ਯੂਕੇ ਹੀ ਜਾਣਾ, ਉਸ ਤੋਂ ਇਲਾਵਾ ਤੁਸੀਂ ਉਹਨਾਂ ਨੂੰ ਸੁਜੈਸਟ ਕਰਦੇ ਹੋ ਵੀ ਡੈਨਮਾਰਕ ਜਾਓ? ਦੇਖੋ ਪੰਜਾਬ ਐਂਡ ਹਰਿਆਣਾ ਦਾ ਜਿਹੜਾ ਮਾਈਂਡਸੈਟ ਹੈ ਤਾਂ ਉਹ ਬੇਸਿਕਲੀ ਕੈਨੇਡਾ ਅਤੇ ਆਸਟ੍ਰੇਲੀਆ ਜਾਂ ਯੂਕੇ 'ਤੇ ਰੁਕਿਆ ਹੋਇਆ। ਬਟ ਮੈਂ ਇਹ ਚੀਜ਼ ਹਮੇਸ਼ਾ ਅਵੇਅਰ ਕਰਦਾ ਸਟੂਡੈਂਟਸ ਨੂੰ, ਜੇ ਤੁਸੀਂ ਯੂਕੇ ਸਿਲੈਕਟ ਕਰਦੇ ਹੋ, ਹਰ ਸਾਲ ਤੁਹਾਨੂੰ ਯੂਨੀਵਰਸਿਟੀ ਨੂੰ 15 ਤੋਂ 18 ਲੱਖ ਦੇਣਾ ਪੈਂਦਾ ਹੈ ਆਪਣਾ ਵੀਜ਼ਾ ਠੀਕ ਰੱਖਣ ਵਾਸਤੇ, ਅਦਰਵਾਈਜ਼ ਉਹ ਵੀਜ਼ਾ ਪਲੱਗ ਕਰ ਲੈਂਦੇ ਆ। ਜੀ ਮੋਸਟਲੀ ਸਟੂਡੈਂਟਸ ਉੱਥੇ ਇੰਨਾ ਖਰਚਾ ਕਰ ਨਹੀਂ ਸਕਦੇ, ਪਿੱਛੋਂ ਫੈਮਿਲੀ ਹਰ ਇੱਕ ਮੱਧਮ ਦਰਜੇ ਦੀ ਫੈਮਿਲੀ 40 ਤੋਂ 45 ਲੱਖ 3 ਸਾਲਾਂ ਦਾ ਨਹੀਂ ਭਰ ਸਕਦੇ ਹੈ, ਉਹ ਇਲੀਗਲ ਹੋ ਜਾਂਦੇ, ਬੱਚੇ ਦਾ ਪੂਰਾ ਕਰੀਅਰ ਖਰਾਬ ਹੋ ਜਾਂਦਾ ਹੈ। ਠੀਕ ਹੈ, ਸੋ ਡੈਨਮਾਰਕ ਐਸੀ ਕੰਟਰੀ ਹੈ, ਇੱਕ ਸਟੂਡੈਂਟ 11.5 ਤੋਂ 12 ਲੱਖ ਦੇ ਵਿੱਚ ਡੈਨਮਾਰਕ ਸੈਟਲ ਹੋ ਸਕਦਾ ਹੈ, ਇੱਕ ਸਾਲ ਦੀ ਫੀਸ ਇਨਕਲੂਡਡ ਹੈ, ਸਾਰੇ ਖਰਚੇ ਵਿੱਚ ਜਿੰਨੇ ਵੀ ਇਨਕਲੂਡਿੰਗ ਅੰਬੈਸੀ ਫੀਸ, ਕੇਸ ਆਈ ਡੇਜ਼, ਅਪੋਸਟਾਈਲ, ਐਵਰੀਥਿੰਗ ਇਜ਼ ਇਨਕਲੂਡਡ। ਕੁਛ ਕੋਰਸਿਸ ਸਾਡੇ ਕੋਲ ਐਕਸਕਲੂਸਿਵ ਇੱਦਾਂ ਦੇ ਨੇ ਡੈਨਮਾਰਕ ਜਿਹੜੇ ਕਿ ਪੀਆਰ ਡਰਿਵਨ ਕੋਰਸ ਹੈ, 8 ਲੱਖ ਦੇ ਵਿੱਚ ਤੁਸੀਂ ਡੈਨਮਾਰਕ 6 ਮਹੀਨੇ ਦੀ ਫੀਸ ਦੇ ਨਾਲ ਉੱਥੇ ਸੈਟਲ ਹੋ ਸਕਦੇ ਹੋ। ਕੁਛ ਕੋਰਸਿਸ ਇੱਦਾਂ ਦੇ ਨੇ ਟੈਕਨੀਕਲ ਕੋਰਸਿਸ ਜਿਨ੍ਹਾਂ ਦੇ ਵਿੱਚ ਯੂਨੀਵਰਸਿਟੀ ਖੁਦ ਜੋਬ ਦਵਾਉਂਦੀ ਹੈ, ਜਿਨ੍ਹਾਂ ਦੇ ਵਿੱਚ ਪੀਆਰ। ਹੁਣ ਸਾਡੇ ਕੋਲ ਅਸੀਂ ਅਗਰ ਗੱਲ ਕਰੀਏ ਐਸਡੀਯੂ ਯੂਨੀਵਰਸਿਟੀ ਦਾ ਟਾਈਅਪ ਸਾਡਾ ਡਾਇਰੈਕਟ ਟਾਈਅਪ ਹੈ ਡੈਨਮਾਰਕ ਦੇ ਵਿੱਚ, ਸਾਡੇ ਕੋਲ ਆਈਬੀਏ ਹੈ, ਇੰਟਰਨੈਸ਼ਨਲ ਬਿਜ਼ਨਸ ਅਕੈਡਮੀ, ਇਹ ਵਰਲਡ ਰੈਂਕਿੰਗ ਦੇ ਯੂਨੀਵਰਸਿਟੀਜ਼ ਨੇ ਜਿਨ੍ਹਾਂ ਦੇ ਵਿੱਚ ਅਗਰ ਬੱਚਾ ਪੜ੍ਹਦਾ ਉਹਨਾਂ ਦਾ ਨੈਚੁਰਲੀ ਬਹੁਤ ਸਕੋਪ ਹੈ ਗਲੋਬਲੀ। ਡੈਨਮਾਰਕ ਤੋਂ ਬੱਚੇ ਫਰਦਰ ਕੈਨੇਡਾ ਵੀ ਜਾ ਸਕਦੇ, ਆਸਟ੍ਰੇਲੀਆ ਜਾ ਸਕਦੇ, 26 ਦੇਸ਼ ਬਿਨਾਂ ਵੀਜ਼ਾ ਟਰੈਵਲ ਕਰ ਸਕਦੇ, ਬਿਕੋਜ਼ ਇਟਸ ਅ ਸ਼ੈਂਗਨ ਕੰਟਰੀ। ਜੀ ਸੋ ਇਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਆਪਾਂ ਇਹ ਕਹਾਂਗੇ ਕਿ ਆਉਣ ਵਾਲਾ ਟ੍ਰੈਂਡ ਯੂਰਪ ਦਾ ਹੈ, ਜਿਹਦੇ ਵਿੱਚ ਅਗਰ ਤੁਸੀਂ ਫੈਮਿਲੀ ਨਾਲ ਜਾਣਾ ਹੈ ਤੁਸੀਂ ਸਾਡੇ ਨਾਲ ਡੈਨਮਾਰਕ, ਫਿਨਲੈਂਡ, ਸਵੀਡਨ 3 ਕੰਟਰੀਆਂ ਸੰਪਰਕ ਕਰ ਸਕਦੇ ਹੋ, ਇਵੈਲੂਏਸ਼ਨ ਕਰਵਾ ਸਕਦੇ ਹੋ। ਅਗਰ ਤੁਸੀਂ ਬਜਟ ਹੋਰ ਥੋੜ੍ਹਾ ਹੈ ਲਾਤਵੀਆ ਕਰ ਸਕਦੇ ਹਾਂ ਅਸੀਂ, ਮਾਲਟਾ ਕਰ ਸਕਦੇ, ਹੰਗਰੀ ਹੈ ਸਾਡੇ ਕੋਲ, ਪੋਲੈਂਡ ਹੈ। ਸੋ ਇਹ ਕੰਟਰੀਜ਼ ਹੈ ਜਿਹੜੇ ਸਿੰਗਲ ਜਾਣਾ ਚਾਹੁੰਦੇ ਹੈ, ਬਜਟ ਥੋੜ੍ਹਾ ਹੈਗਾ, ਫੈਮਿਲੀ ਵਾਸਤੇ ਇਹ ਕੰਟਰੀਜ਼ ਅੱਛੀਆਂ ਨੇ। ਇਸ ਤੋਂ ਇਲਾਵਾ ਹੋਰ ਤੁਹਾਡਾ ਅਗਰ ਕੋਈ ਕੁਐਸਚਨ? ਡੈਨਮਾਰਕ ਦੀ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ, ਜਿੱਦਾਂ ਪੋਲੈਂਡ, ਸਵੀਡਨ, ਉੱਧਰ ਕੀ ਸਕੋਪ ਹੈਗਾ? ਦੇਖੋ ਡੈਨਮਾਰਕ ਦੇ ਵਿੱਚ ਬਹੁਤ ਹੀ ਅਮੈਰੀਕਾ ਕਾਫੀ ਇੰਟੈਂਸਿਵਲੀ ਇਨਵੈਸਟ ਕਰ ਰਿਹਾ ਅੱਜ ਵਾਲੇ ਟਾਈਮ ਦੇ, ਉੱਥੇ ਜਿੱਦਾਂ ਕੈਨੇਡਾ 20 ਸਾਲ ਪਹਿਲਾਂ ਸੀ ਉਹੀ ਸਿਚੁਏਸ਼ਨ ਹੈ। ਕਿਉਂਕਿ ਸਟੂਡੈਂਟ ਇਹ ਸੋਚਦਾ ਨਾ ਮੈਂ ਡੈਨਮਾਰਕ ਜਾਵਾਂਗਾ ਜਾਂ ਸਵੀਡਨ ਜਾਵਾਂਗਾ, ਉੱਥੇ ਸਕੋਪ ਕੀ ਰਹੇਗਾ ਮੇਰਾ? ਦੇਖੋ ਆਈਟੀ ਇੰਡਸਟਰੀ ਬਹੁਤ ਡੈਵਲਪ ਹੈਗੀ ਹੈ ਉੱਥੇ, ਐਗਰੀਕਲਚਰ ਦੇ ਵਿੱਚ ਫਾਰਮਿੰਗ ਬਹੁਤ ਡੋਮੀਨੇਟਿੰਗ ਹੈ, ਜਿਹੜੀਆਂ ਨੋਰਡਿਕ ਕੰਟਰੀਜ਼ ਨੇ ਇੱਥੇ ਡੈਰੀ, ਫਾਰਮਿੰਗ, ਇਨਫਰਾਸਟ੍ਰਕਚਰ, ਸਾਰੇ ਤਰ੍ਹਾਂ ਦੀਆਂ ਜੋਬਸ ਅਵੇਲੇਬਲ ਹੈ। ਮੋਰ ਓਵਰ ਬੱਚੇ ਨੂੰ ਡਿਸਕੰਫਰਟ ਨਾ ਹੋਵੇ, ਅਸੀਂ ਉੱਥੇ ਪ੍ਰੋਪਰ ਇੱਕ ਚੈਨਲ ਡੈਵਲਪ ਕੀਤਾ, ਪਿਕਅਪ ਸਰਵਿਸ ਹੈ, ਏਅਰਪਲੇਨ ਤੋਂ ਆਏਗਾ, ਪਿਕਅਪ ਸਰਵਿਸ ਹੈ, ਉਸਨੂੰ ਪਹਿਲਾਂ ਹੀ ਅਕੋਮੋਡੇਸ਼ਨ ਬੁੱਕ ਕਰੀ ਜਾਏਗੀ, ਉੱਥੇ ਡਰੋਪਅਪ ਹੈਗਾ, ਖਾਣ ਪੀਣ ਦਾ ਸਾਰਾ ਅਰੇਂਜਮੈਂਟ ਅਸੀਂ ਉੱਥੇ ਕੀਤਾ। ਈਵਨ ਜੋਬ ਦੇ ਵਿੱਚ ਵੀ ਅਸੀਂ ਹੈਲਪਫੁਲ ਸਾਡੀ ਟੀਮ ਹੈਗੀ ਜਿਹੜੀ ਡੈਨਮਾਰਕ ਦੇ ਵਿੱਚ ਵੈਲ। ਲਵਪ੍ਰੀਤ ਜੀ ਜੇ ਹੁਣ ਤੱਕ ਗੱਲ ਕੀਤੀ ਜਾਵੇ ਤਾਂ ਡੈਨਮਾਰਕ ਦੇ ਲਈ ਕਿੰਨੇ ਕੁ ਨੂ ਬੱਚੇ ਆਏ ਨੇ, ਕਿੰਨੇ ਕੁ ਵੀਜ਼ੇ ਨੇ ਜਿਹੜੇ ਤੁਸੀਂ ਦਬਾ ਚੁੱਕੇ ਹੋ? ਅਸੀਂ 100+ ਵੀਜ਼ਾਸ ਕਰ ਚੁੱਕੇ ਹਾਂ ਜੀ ਆਲਰੇਡੀ, ਸਕਸੈਸਫੁਲ ਡੈਨਮਾਰਕ ਭੇਜ ਚੁੱਕੇ ਹਾਂ। ਪੰਜਾਬ ਦੇ ਵਿੱਚ ਜਿਹੜੇ ਏਰੀਆਜ਼ ਨੇ, ਬੰਬੇ ਤੋਂ ਡੈਨਮਾਰਕ ਗਏ ਨੇ, ਦਿੱਲੀ ਤੋਂ ਗਏ ਨੇ। ਸੋ ਓਵਰਆਲ ਅਗਰ ਮੈਂ ਕਹਾਂਗਾ ਯੂਰਪ ਦਾ ਜਿਹੜਾ ਸਕਸੈਸਫੁਲ ਪ੍ਰੋਡਕਟ ਹੈ ਉਹ ਡੈਨਮਾਰਕ ਹੈ, ਜਿੱਥੇ ਬੱਚੇ ਕਿ ਆਪਣਾ ਉੱਥੇ ਫਿਊਚਰ ਬਣਾ ਸਕਦੇ ਹੈ। 5 ਸਾਲ ਤੁਸੀਂ ਡੈਨਮਾਰਕ ਦੇ ਵਿੱਚ ਰਹਿ ਲਓਗੇ ਤੁਹਾਨੂੰ ਪੀਆਰ ਮਿਲ ਜਾਂਦੀ ਹੈ ਬਿਕੋਜ਼ ਆਫ ਸ਼ੈਂਗਨ ਕੰਟਰੀ, ਐਂਡ ਫਰਦਰ ਤੁਹਾਡੇ ਕੋਲ 27 ਕੰਟਰੀਜ਼ ਨੇ ਇਨਕਲੂਡਿੰਗ ਕਰੋਸ਼ੀਆ ਹੁਣ ਨਵਾਂ ਐਡ ਹੋਇਆ, ਕਿ ਤੁਸੀਂ ਸਾਰੀਆਂ ਕੰਟਰੀਜ਼ ਐਕਸਪਲੋਰ ਕਰ ਸਕਦੇ ਹੋ, ਇਟਲੀ, ਜਰਮਨੀ, ਫਰਾਂਸ, ਸਵਿਟਜ਼ਰਲੈਂਡ,
यू नेम द एनी शेंगेन कंट्री यू कैन ट्रैवल लवप्रीत जी, इन्हां कंट्रियां च जाण लई आईलेट्स पीटी या की करन दी जरूरत है, की इंग्लिश नूं लै के तैयारी करन दी जरूरत है? बहुत अच्छा क्वेश्चन है जी। देखो डेनमार्क दे विच आईलेट्स पीटी टॉफल तिन्ने एक्सेप्टेबल है और उहदे च कोई हार्ड एंड फास्ट रूल नहीं है। मास्टर करन जाना है 6.5 ओवरऑल होन, दोवां चो 5.5 भी चल जाते हैं। पीटी दे विच ओवरऑल 52 चाहिए है ग्रेजुएशन वास्ते, मास्टरली 58 एंड नॉट लैस दैन 45 टॉफल कर सकते हो। अगर तुसी फिनलैंड जाना है, फिनलैंड दे विच देर इज़ नो इंग्लिश टेस्ट रिक्वायर्ड, ना आइल्स चाहिए ना पीटी चाहिए, तुसी विद फैमिली ट्रैवल कर सकते हो। स्वीडन दे विच अगर तुहाडी बीटेक कीती है, एमटेक कीती है, आइल्स टेस्ट की बिल्कुल जरूरत नहीं है, एग्जेम्प्टेड है इंग्लिश लैंग्वेज टेस्ट। बाकी स्ट्रीम्स वास्ते स्वीडन दे विच भी तुहानू टेस्ट करना पैंदा। हुण साडे कोल माल्टा है, पोलैंड है, हंगरी है, लातविया, चार ऐसियां कंट्रीज है जिथे विदाउट आइल्स तुसी जा सकते हो मीडियम ऑफ इंस्ट्रक्शन दे बिहाफ ते। ठीक है जी, ए क्रिटेरिया है यूरोप दा। स्पेन दे विच तुसी विदाउट आइल्स जा सकते हो। मिनिमम ते मैक्सिमम खर्चा की? देखो बहुत सस्ता है सारा यूरोप दे विच, बहुत घट खर्चा हैगा। तुसी देखो डेनमार्क जाना तुसी 8 लाख तो शुरू हो जाता हैगा, ठीक है, डिपेंड्स अपॉन द कोर्स। स्पेन जाना वही 7 to 8 लाख। लातविया सिलेक्ट करोगे, पोलैंड सिलेक्ट करोगे, 5 to 6 लाख में जा सकते हो। सो मैक्सिमम भी देखिए तो असं 11-12 लाख है, मिनिमम साढ़े को 5 लाख से भी प्रोडक्ट्स है, किसी की 5 लाख की कपैसिटी है, पोलैंड जा सकता है, लातविया जा सकता। कोई होर संदेश साढ़े दर्शकों को तुसी देना चाहो लास्ट मैसेज? सो मैं सारे दर्शकों को ये कहूँगा एंड दे विच कि तुसी मिसगाइड ना होवो। मार्केट्स बहुत सारे पैकेजेस सिस्टम या मिसलीडिंग चल रही हैं स्कीम्स तुहानू अट्रैक्ट करने लिए। देखो मार्केट दे विच अगर असी कोई ग्रेजुएशन करनी होवे, तुसी किसी यूनीवर्सिटी को जाओ और यूनीवर्सिटी नू कहो जी मैं बीकॉम करनी है, मेरे नाल पैकेज कर लो जी तुसी, और पे मैं आफ्टर बीकॉम दवांगा, कि वो करेगी? बिल्कुल नहीं। सो एजुकेशन इंडस्ट्रीज देर इज़ नो पैकेज सिस्टम। सो मैं कहूँगा कि तुसी किसी दे मैं अगेंस्ट नहीं है, दिस इज़ वेरी यू नो नोबल ओपीनियन, कि तुसी मिसगाइड ना हो, पैकेजेस दे चक्करां च ना पाओ और कैनेडा आस्ट्रेलिया यूके दे मगर ना भजो। होर कंट्रीज बहुत है जिथे तुसी अपना भविख बना सकते हो। अगर तुहानू एक बार, दो बार, तीन बार रिफ्यूजल आ गया तो तुहानू अपना माइंड सेटअप चेंज करना चाहिए है। हो सकता है तुहाडा फ्यूचर डेनमार्क च बैटर होवे जी जी इंस्टेड ऑफ अदर कंट्री। बहुत बहुत शुक्रिया लवप्रीत जी। थैंक यू जी, थैंक यू सो मच। सारे दर्शकों को किसी को भी गाइडेंस की जरूरत हो, विन योर इंग्लिश नाल जरूर संपर्क करो। जगराओं के चंडीगढ़ और भवानीगढ़ साढ़े सेंटर्स ने, winyourenglish.com ते तुसी साड़ी इन्फॉर्मेशन ले सकते हो, या गूगल दे विच सानू सब्सक्राइब कर सकते हो इंस्टाग्राम फेसबुक एंड गूगल दे विच। थैंक यू जी, थैंक यू। सो इस ने लवप्रीत वर्मा जी जो कि विन योर इंग्लिश के फाउंडर ने, तो इन्होंने जिस तरह दस्या कि अज का जिहड़ा स्कोप है वो यूरोप के देशों के विच है, डेनमार्क, स्वीडन या पोलैंड, इन कंट्रियों के विच तुसी जाना चाहते हो तो इन्हां दे जगराओं स्थित ऑफिस के विच या होर जिहड़ी ब्रांचेस है उत्थे तुसी संपर्क कर सकते हो। सो होर किसी वीजा एक्सपर्ट ना फिर गलबात करांगे, तद तक लई दो इजाजत, सत श्री अकाल। सत श्री अकाल।